ਰਘੂਨਾਥ ਮੰਦਿਰ ਵਿਜੈਨਗਰ ਬਟਾਲਾ ਰੋਡ ਵਿਖੇ ਲੋਹੜੀ ਦਾ ਤਿਉਹਾਰ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਧਾਨ ਜੋਗਿੰਦਰ ਪਾਲ ਸਰੀ, ਰਾਜਕੁਮਾਰ ਪੱਪੂ, ਕਮਲ ਕੁਮਾਰ, ਵਿਨੋਦ ਸ਼ਰਮਾ, ਵਿਵੇਕ ਸ਼ਰਮਾ, ਅਸ਼ਵਨੀ ਕੁਮਾਰ ਹਾਜ਼ਰ ਸਨ। ਸਾਰੇ ਇਲਾਕਾ ਨਿਵਾਸੀਆਂ ਨੂੰ ਰਘੂਨਾਥ ਮੰਦਿਰ ਕਮੇਟੀ ਵੱਲੋਂ ਲੋਹੜੀ ਦੀ ਮੱਘਰ ਸੰਕ੍ਰਾਂਤੀ ਦੀ ਲੱਖ ਲੱਖ ਵਧਾਈ ਹੋਵੇ। ਅੱਜ ਜਿਹੜੀ ਬੇਨਤੀ ਕੀਤੀ ਹੈ ਕਿ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਵੇ, ਮਾਂ ਮਾਈ ਸਭ ਨੂੰ ਖੁਸ਼ੀਆਂ ਭਰਿਆ। ਲੋਹੜੀ ਦਾ ਤਿਉਹਾਰ ਅਤੇ ਮੱਘਰ ਸੰਕ੍ਰਾਂਤੀ ਦਾ ਤਿਉਹਾਰ ਜਿਹੜਾ ਵਾ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ। ਅਰਦਾਸ ਇਹੋ ਕਰਦੇ ਹਾਂ ਕਿ ਪਰਮਾਤਮਾ ਇਸ ਸੰਸਾਰ 'ਤੇ ਸੁੱਖ ਸ਼ਾਂਤੀ ਲਿਆਈ, ਇਹ ਲਹਿਰਾਂ ਬਹਿਣਾ ਕਰਨਾ, ਕਿਰਪਾ ਕਰਨਾ, ਮਿਹਰ ਭਰਿਆ ਹੱਥ ਰੱਖਣਾ, ਸੁੱਖ ਸ਼ਾਂਤੀ ਸਭ 'ਤੇ ਲਹਿਰਾਂ ਬਹਿਣਾ ਕਰਨਾ ਮਹਾਰਾਜ।